ਰਾਜਾ ਨਰਾਜ ਪਾਨਾਨ ਪਾਨ ਦੀਵਾਨ ਦੇਵ ਉਪਮਾ ਮਹਾਨ ਦੀਨ ਦਿਆਲੂ ਭਗਤ ਵਸ਼ਲ ਕਿਰਪਾ ਨਿਧਾਨ ਜਗਤ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਗੁਰਤਖਤ 'ਤੇ ਬਿਰਾਜਮਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਅੰਦਰ ਸੁਵਾਹਿਮਾਨ ਜੁੜ ਬੈਠੀ ਸਮੂਹ ਸਾਧ ਸੰਗਤ ਗੁਰਮੁਖ ਪਿਆਰੀ ਸਤਸੰਗੀ ਜਨੋ ਬੜੇ ਪਿਆਰ ਸਤਿਕਾਰ ਸਹਿਤ ਆਪ ਜੀ ਅੰਮ੍ਰਿਤ ਵੇਲੇ ਦੇ ਸਜੀ ਹੋਈ ਇਹਨਾਂ ਦੀਵਾਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾ ਕਰਕੇ ਸਤਿਗੁਰਾਂ ਦੇ ਦਰਸ਼ਨ ਪਰਸ ਰਹੇ ਹੋ। ਜੋ ਸਤਿਗੁਰੂ ਦਾ ਅੰਮ੍ਰਿਤ ਬਚਨ ਹੈ ਕਿ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਅਸੀਂ ਇਸ ਬਚਨ ਨੂੰ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਕਮਾਉਣ ਦੀ ਕੋਸ਼ਿਸ਼ ਕਰਦੇ ਹਾਂ, ਮਾਲਕ ਦੀ ਵਡਿਆਈ ਵੀ ਕਰਦੇ ਹਾਂ, ਉਹਨਾਂ ਦੇ ਗੁਣ ਗਾਉਂਦੇ ਹਾਂ, ਸੁਣਦੇ ਹਾਂ, ਸਿਫਤ ਸਲਾਹ ਕਰਦੇ ਹਾਂ। ਅਤੇ ਜਿਹੜਾ ਸਭ ਤੋਂ ਉੱਤਮ ਵੇਲਾ ਹੈ, ਉੱਤਮ ਵਕਤ ਹੈ ਪਰਮਾਤਮਾ ਦੀ ਸਿਫਤ ਸਲਾਹ ਦਾ, ਉਹ ਅੰਮ੍ਰਿਤ ਵੇਲਾ ਹੈ। ਅਤੇ ਅਸੀਂ ਉਸੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹਾਂ। ਬੜੇ ਪਿਆਰ ਨਾਲ ਤੁਸੀਂ ਜੁੜੇ ਹੋ, ਇੱਕ ਸ਼ਬਦ ਦਾ ਪਾਠ ਤੁਸੀਂ ਪਿਆਰ ਨਾਲ ਸੁਣਿਆ ਹੈ ਜੀ। ਅਤੇ ਇਸ ਸ਼ਬਦ ਨੂੰ ਜਦੋਂ ਸੁਣਦੇ ਹਾਂ ਤੇ ਸਾਡੇ ਜ਼ਿਹਨ ਵਿੱਚ ਉਹ ਸ਼ਬਦ ਆਪ ਮੁਹਾਰੇ ਆ ਜਾਂਦਾ, ਕਿਉਂਕਿ ਸ਼ਬਦ ਅਸੀਂ ਰੋਜ਼ ਪੜ੍ਹਦੇ ਹਾਂ। ਜਦੋਂ ਤੁਸੀਂ ਆਪਣਾ ਨਿਤਨੇਮ ਕਰਦੇ ਹੋ ਤੇ ਨਿਤਨੇਮ ਦੀਆਂ ਬਾਣੀਆਂ ਵਿੱਚ ਸ਼ਬਦ ਸਾਨੂੰ ਸਤਿਗੁਰਾਂ ਨੇ ਦਿੱਤਾ, ਜਦੋਂ ਅਸੀਂ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਦਾ ਪਾਠ ਕਰਦੇ ਹਾਂ, ਉੱਥੇ ਸ਼ਬਦ ਦਰਜ ਹੈ ਜਿਹੜਾ ਅਸੀਂ ਅੱਜ ਹੁਣੇ ਹੀ ਪੜ੍ਹਿਆ, ਤੁਸੀਂ ਸੁਣਿਆ, ਜਿਹਨੂੰ ਅਸੀਂ ਅੱਜ ਵਿਚਾਰਨਾ। ਤੇ ਮੈਂ ਇਹ ਜ਼ਰੂਰ ਬੇਨਤੀ ਕਰਦੇ ਹਾਂ ਵੀ ਜਿਹੜਾ ਤੇ ਸ਼ਬਦ ਰਹਿਰਾਸ ਵਿੱਚ ਆਉਂਦਾ ਹੈ, ਸੇਮ ਹੀ ਹੈ ਸ਼ਬਦ, ਕੋਈ ਫਰਕ ਨਹੀਂ ਹੈ, ਅਰਥਾਂ ਵਿੱਚ ਵੀ ਕੋਈ ਫਰਕ ਨਹੀਂ। ਹਾਂ, ਜੇ ਫਰਕ ਹੈ ਇਹਦੇ ਸਿਰਲੇਖ ਵਿੱਚ ਫਰਕ ਹੈ। ਬਸ ਜਦੋਂ ਤੁਸੀਂ ਜਪਜੀ ਸਾਹਿਬ ਪੜ੍ਹੋਗੇ ਗੁਰੂ ਗ੍ਰੰਥ ਸਾਹਿਬ ਵਿੱਚ, ਜਪਜੀ ਸਾਹਿਬ ਤੋਂ ਬਾਅਦ ਰਹਿਰਾਸ ਸਾਹਿਬ ਜੀ ਦੇ ਸ਼ਬਦ ਆਉਂਦੇ ਆ, ਉੱਥੇ ਵੀ ਇਹ ਸ਼ਬਦ ਦਰਜ ਹੈ। ਦੋ ਵਾਰ ਸ਼ਬਦ ਹੈ ਜੀ ਗੁਰੂ ਗ੍ਰੰਥ ਸਾਹਿਬ ਵਿੱਚ, ਇਹ ਜਿਹੜਾ ਅਸੀਂ ਅੱਜ ਵਿਚਾਰਨਾ। ਉੱਥੇ ਵੀ ਆਸਾ ਰਾਗ ਵਿੱਚ ਦਰਜ ਹੈ, ਇੱਥੇ ਵੀ ਆਸਾ ਰਾਗ ਵਿੱਚ ਦਰਜ ਹੈ। ਬਸ ਦੋਵਾਂ ਦੇ ਸਰਲੇਖ ਵਿੱਚ ਫਰਕ ਹੈ ਥੋੜ੍ਹਾ ਥੋੜ੍ਹਾ। ਉੱਥੇ ਅਸੀਂ ਸਿੱਧਾ ਪੜ੍ਹਦੇ ਹਾਂ, ਆਸਾ ਮਹੱਲਾ ਪਹਿਲਾ ਤਿੱਤ ਸਰਵਰੜ ਹੈ ਭੈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਇੱਥੇ ਸਰਲੇਖ ਵਿੱਚ ਥੋੜ੍ਹਾ ਜਿਹਾ ਮਹਾਰਾਜ ਨੇ ਦੋ ਪਦਿਆਂ ਦਾ ਸ਼ਬਦ ਸੀ, ਇੱਥੇ ਸਤਿਗੁਰ ਨੇ ਨਾਲ ਦੋ ਪਦੇ ਲਿਖ ਦਿੱਤਾ ਵੀ ਆਸਾ ਮਹੱਲਾ ਪਹਿਲਾ ਦੋ ਪਦੇ, ਕਿਉਂਕਿ ਇੱਥੇ ਤਾਂ ਲਿਖਿਆ
ਕਿਉਂਕਿ ਇਹ ਤੋਂ ਉੱਪਰ ਜਿੰਨੇ ਵੀ ਸ਼ਬਦ ਆਇਆ ਸਾਰੇ ਚਾਰ ਪਦਿਆਂ ਵਾਲੇ ਆ, ਸਾਰੇ ਛੇ ਪਦਿਆਂ ਵਾਲੇ ਆ, ਪੰਜ ਪਦਿਆਂ ਵਾਲੇ ਆ। ਗੁਰੂ ਅਰਜਨ ਦੇਵ ਜੀ ਨੇ ਤਾਂ ਇੱਥੇ ਦੋ ਪਦ ਲਿਖਣਾ ਪਿਆ ਮਹਾਰਾਜ ਨੂੰ, ਵੀ ਕਿਤੇ ਸਿੱਖ ਦੇ ਮਨ ਵਿੱਚ ਇਹ ਸ਼ੰਕਾ ਨਾ ਆ ਜਾਏ ਵੀ ਇਹ ਸ਼ਬਦ ਕਿਸੇ ਨੇ ਰਲਾਇਆ, ਵਿੱਚ ਕਿਸੇ ਨੇ ਐਡ ਨਾ ਕੀਤਾ ਹੋਵੇ। ਮਹਾਰਾਜ ਨੇ ਤਾਂ ਆਖਿਆ ਵੀ ਕਿਤੇ ਭੁਲੇਖਾ ਨਾ ਖਾ ਲਿਓ, ਕਿਉਂਕਿ ਜਿਵੇਂ ਸਾਰੇ ਸ਼ਬਦ ਚੌ ਪਦਿਆਂ ਵਾਲੇ ਚੱਲਦੇ ਪਏ ਸਨ, ਇੱਕੇ ਦਮ ਵਿੱਚ ਦੋ ਪਦਿਆਂ ਵਾਲਾ ਸ਼ਬਦ ਆ ਜਾਏ ਤੇ ਸਿੱਖ ਦੇਖਦੇ ਵੀ ਇੱਥੇ ਤਰਤੀਬ ਗਲਤ ਹੋ ਗਈ ਹੈ ਸਾਰੀ। ਗੁਰੂ ਅਰਜਨ ਦੇਵ ਜੀ ਨੇ ਤਾਂ ਫਿਰ ਇੱਥੇ ਦੋ ਪਦ ਲਿਖ ਦਿੱਤਾ ਵੀ ਇਹ ਸ਼ਬਦ ਦੋ ਪਦਿਆਂ ਵਾਲਾ ਹੁਣ ਵਿੱਚ ਆਏਗਾ। ਤੇ ਇਸ ਕਰਕੇ ਸਾਧ ਸੰਗਤ ਜੀ, ਇਹ ਤੋਂ ਅਗਲਾ ਸ਼ਬਦ ਵੀ ਨਿਤਨੇਮ ਵਿੱਚ ਪੜਿਆ ਜਾਂਦਾ ਤੇ ਉਹ ਵੀ ਸ਼ਬਦ ਦੋ ਪਦਿਆਂ ਵਾਲਾ, ਇਹ ਅਖੀਰਲੇ ਸ਼ਬਦ ਨੇ ਦੋ ਪਦਿਆਂ ਵਾਲੇ। ਫਿਰ ਅੱਗੇ ਨਵੀਂ ਤਰਤੀਬ ਨਾਲ ਬਾਣੀ ਆਰੰਭ ਹੋਏਗੀ ਰਾਗ ਆਸਾ ਵਿੱਚ। ਅੱਜ ਅਸੀਂ ਸਤਿਗੁਰੂ ਜੀ ਦੀ ਕਿਰਪਾ ਨਾਲ ਇਹਨਾਂ ਅੰਮ੍ਰਿਤ ਬਚਨਾਂ ਨੂੰ ਵਿਚਾਰਾਂਗੇ ਜੀ। ਤੁਹਾਨੂੰ ਜ਼ੁਬਾਨੀ ਕੰਠ ਹੈ, ਇਹ ਸਾਰਾ ਸ਼ਬਦ ਇਹਦੇ ਅਰਥ ਵੀ ਤੁਹਾਨੂੰ ਸਭ ਨੂੰ ਪਤਾ ਹੀ ਹੋਣੇ ਆ, ਕਿਉਂਕਿ ਸਰਲ ਅਰਥ ਨੇ, ਕੋਈ ਮਹਿੰਗੇ ਅਰਥ ਨਹੀਂ ਇਸ ਸ਼ਬਦ ਦੇ। ਪਰ ਸਤਿਗੁਰੂ ਜੀ ਦੀ ਕਿਰਪਾ ਨਾਲ ਅਸੀਂ ਇਹਨੂੰ ਫਿਰ ਇੱਕ ਵਾਰ ਵਿਚਾਰਾਂਗੇ। ਸੋ ਆਓ ਜਿਤਨੇ ਵੀ ਆਪ ਜੀ ਗੁਰਮੁਖ ਪਿਆਰੇ ਜੁੜੇ ਹੋ, ਜਿਹੜਾ ਇਹ ਸ਼ਬਦ ਹੈ ਇਹ 357 ਤੇ ਸ਼ਬਦ ਦਰਜ ਹੈ ਜੀ, ਤੇ ਜੋ ਦੂਜਾ ਸ਼ਬਦ ਹੈ ਉਹ ਜਪਜੀ ਸਾਹਿਬ ਤੋਂ ਬਾਅਦ ਹੀ ਸ਼ਬਦ ਗੁਰਬਾਣੀ ਵਿੱਚ ਉੱਥੇ ਦਰਜ ਕੀਤਾ ਗਿਆ। ਆਓ ਸਾਰੇ ਗੁਰਮੁਖ ਪਿਆਰੇ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦਾ ਧਰੋ ਧਿਆਨ, ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਅਦਬ ਸਹਿਤ ਆਖੋ ਜੀ ਸਤਨਾਮ ਸ਼੍ਰੀ ਬਜਿਓ। ਫਿਰ ਕਰੋ ਕਿਰਪਾ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਸਾਹਿਬ ਜਿਓ। ਸਤਿਗੁਰ ਜੀ ਨੇ ਅੱਜ ਬਖਸ਼ਿਸ਼ ਵਰਤਾਈ ਹੈ, ਸ਼ਬਦ ਆਰੰਭ ਹੁੰਦਾ ਆਸਾ ਮਹੱਲਾ ਪਹਿਲਾ, ਦੋ ਪਦੇ ਰਾਗ ਆਸਾ ਵਰਤਿਆ ਗਿਆ ਇਸ ਸ਼ਬਦ ਨੂੰ ਉਚਾਰਨ ਕਰਨ ਲਈ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਦੋ ਪਦਿਆਂ ਵਿੱਚ ਇਸ ਸ਼ਬਦ ਨੂੰ ਗਾਵਿਆ ਹੈ। ਮਹਾਰਾਜ ਆਖਦਿਆ ਤਿਤ ਸਰਵਰੜੈ ਭਈ ਲੈ ਨਿਵਾਸਾ, ਪਾਣੀ ਪਾਵਕ ਤਿਨਹੀਂ ਕੀਆ। ਜਿਹੜਾ ਇਹ ਸੰਸਾਰ ਹੈ ਇਹਨੂੰ ਮਹਾਰਾਜ ਜੀ ਨੇ ਵੱਖ ਵੱਖ ਨਾਮ ਦਿੱਤੇ ਆ, ਵੱਖ ਵੱਖ ਨਾਵਾਂ ਨਾਲ ਇਹਨੂੰ ਸਮਝਾਇਆ ਤੇ ਇਹਦੀ ਹਕੀਕਤ ਬਿਆਨ ਕੀਤੀ ਹੈ। ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿ ਦਿੰਦੇ ਆ ਇਹ ਸੰਸਾਰ ਇੱਕ ਸੁਪਨੇ ਦੀ ਨਿਆਈ ਵੀ ਹੈ, ਜਿਵੇਂ ਸੁਪਨਾ ਹਕੀਕਤ ਨਹੀਂ ਹੁੰਦਾ, ਸੁਪਨਾ ਓਨਾ ਚਿਰ ਹੁੰਦਾ ਜਿੰਨਾ ਚਿਰ ਸਾਨੂੰ ਨੀਂਦ ਹੈ। ਜਦੋਂ ਨੀਂਦ ਚੋਂ ਜਾਗ ਪਈ ਤੇ ਸੁਪਨਾ ਹਕੀਕਤ ਨਹੀਂ ਹੁੰਦਾ, ਅਸੀਂ ਦੇਖਦੇ ਹਾਂ ਵੀ ਸੁਪਨੇ ਵਿੱਚ ਕੁਝ ਹੋਰ ਸਾਂ ਤੇ ਹੁਣ ਕੁਝ ਹੋਰ ਆ। ਸੁਪਨੇ ਵਿੱਚ ਬੰਦਾ ਤਖ਼ਤ ਤੇ ਬੈਠਾ ਹੁੰਦਾ ਹੈ, ਜਦੋਂ ਅੱਖ ਖੁੱਲਦੀ ਹੁੰਦੀ ਹੈ ਘਰ ਦੀ ਮੰਜੀ ਤੇ ਪਿਆ ਹੁੰਦਾ ਹੈ। ਮਹਾਰਾਜ ਆਖਦੇ ਆ ਇਹ ਸੰਸਾਰ ਸੁਪਨੇ ਦੀ ਨਿਆਈ ਵੀ ਹੈ, ਫਿਰ ਆਖਦੇ ਸੰਸਾਰ ਇੱਕ ਪਾਣੀ ਦੇ ਬੁਲਬਲੇ ਦੇ ਵਰਗਾ ਵੀ ਹੈ। ਜਿਵੇਂ ਪਾਣੀ ਦਾ ਬੁਲਬਲਾ ਉਹਦੀ ਮੁਨਿਆਦ ਜ਼ਿਆਦਾ ਥੋੜ੍ਹਾ ਹੁੰਦੀ ਹੈ,
ਉਹਦੀ ਮਨਿਆਦ ਥੋੜੀ ਹੀ ਹੁੰਦੀ ਹੈ। ਹਜ਼ੂਰ ਆਖਦਿਆਂ ਪਾਣੀ ਦਾ ਬੁਲਬੁਲਾ ਦੇਖਦਿਆਂ ਦੇਖਦਿਆਂ ਪਾਣੀ ਵਿੱਚ ਬਣਦਾ ਹੈ ਤੇ ਦੇਖਦਿਆਂ ਦੇਖਦਿਆਂ ਹੀ ਖਤਮ ਹੋ ਜਾਂਦਾ ਹੈ। ਇਸ ਸੰਸਾਰ ਵਿੱਚ ਰਹਿਣ ਵਾਲੇ ਜੀਵ ਬਿਲਕੁਲ ਇਸੇ ਤਰ੍ਹਾਂ ਹੈ। ਹਜ਼ੂਰ ਆਖਦਿਆਂ ਕੋਈ ਸਦੀਵੀ ਨਹੀਂ ਹੈ। ਜਿੰਨੀ ਕਿਸੇ ਦੀ ਮੁਨਿਆਦ ਰੱਬ ਨੇ ਤੈਅ ਕੀਤੀ ਹੈ, ਹਰ ਬੰਦਾ ਆਪਣੀ ਮੁਨਿਆਦ ਪੂਰੀ ਕਰਕੇ ਸੰਸਾਰ ਤੋਂ ਕੂਚ ਕਰੀ ਜਾਂਦਾ ਹੈ। ਉੱਥੇ ਮਹਾਰਾਜ ਇਸ ਸੰਸਾਰ ਨੂੰ ਇੱਕ ਰੁੱਖ ਵੀ ਦੱਸਦੇ ਆ ਵੀ ਇਹ ਸੰਸਾਰ ਇੱਕ ਦਰਖਤ ਦੀ ਨਿਆਈ ਵੀ ਹੈ। ਜਿਵੇਂ ਦਰਖਤ ਦੇ ਅਨੇਕਾਂ ਪੰਛੀ ਬੈਠਦੇ ਆ, ਕੋਈ ਕਿਸੇ ਰੰਗ ਦਾ, ਕੋਈ ਕੋਈ ਬੋਲੀ ਬੋਲਦਾ, ਕੋਈ ਕਿਸੇ ਦੀ ਖੁਰਾਕ ਕੀ ਹੈ ਨਾ। ਇੱਕ ਪੰਛੀ ਇੱਕ ਰੱਖ ਤੇ ਵੱਖ ਵੱਖ ਪੰਛੀ ਬੈਠਦੇ ਆ ਤੇ ਜਦੋਂ ਸੂਰਜ ਚੜ੍ਹਦਾ ਸਾਰੇ ਪੰਛੀ ਉਡਾਰੀਆਂ ਮਾਰ ਜਾਂਦੇ ਆ। ਇਹ ਸੰਸਾਰ ਇੱਕ ਰੁੱਖ ਹੈ। ਇੱਥੇ ਕੋਈ ਕਿਹੋ ਜਿਹੀ ਬੋਲੀ ਬੋਲਣ ਵਾਲਾ ਹੈ, ਕਿਸੇ ਦਾ ਰੰਗ ਰੂਪ ਕਿਹੋ ਜਿਹਾ, ਕਿਸੇ ਦੀ ਖੁਰਾਕ ਕਿਹੋ ਜਿਹੀ, ਸਭ ਦੀ ਇੱਕੋ ਖੁਰਾਕ ਥੋੜ੍ਹਾ, ਇੱਥੇ ਸਭ ਦਾ ਇੱਕੋ ਸੁਭਾਵ ਥੋੜ੍ਹਾ, ਸਾਰਿਆਂ ਦੀ ਇੱਕੋ ਬੋਲੀ ਥੋੜ੍ਹਾ। ਕੋਈ ਕਿਹੋ ਜਿਹੀ ਮਿੱਠੀ ਬੋਲੀ ਬੋਲਦਾ, ਕਈ ਬੜੀ ਕੌੜੀ ਬੋਲੀ ਬੋਲਦੇ ਆ। ਮਹਾਰਾਜ ਆਖਦੇ ਆ ਸੰਸਾਰ ਰੁੱਖ ਦੀ ਤਰ੍ਹਾਂ, ਜਿੱਦਣ ਮੌਤ ਦਾ ਸੂਰ ਚੜ੍ਹਦਾ ਗਿਆ, ਹਰ ਇੱਕ ਬੰਦਾ ਇਸ ਸੰਸਾਰ ਦੇ ਰੁੱਖ ਤੋਂ ਉਡਾਰੀ ਮਾਰੀ ਜਾਏਗਾ। ਭਾਵ ਗੁਰਬਾਣੀ ਵਿੱਚ ਸੰਸਾਰ ਨੂੰ ਵੱਖ ਵੱਖ ਨਾਵਾਂ ਨਾਲ ਪ੍ਰਕਾਸ਼ਿਤ ਕੀਤਾ ਗਿਆ, ਸੰਬੋਧਿਤ ਕੀਤਾ ਗਿਆ, ਪਰ ਜਿਹੜਾ ਅੱਜ ਦਾ ਸ਼ਬਦ ਹੈ, ਇੱਥੇ ਸੰਸਾਰ ਨੂੰ ਇੱਕ ਸਰੋਵਰ ਦੀ ਨਿਆਈ, ਇੱਕ ਸਮੁੰਦਰ ਦੀ ਨਿਆਈ ਕਹਿ ਲਓ, ਤੇ ਗੁਰਬਾਣੀ ਵੀ ਸੰਸਾਰ ਨੂੰ ਸਮੁੰਦਰ ਦੀ ਨਿਆਈ ਬਹੁਤ ਵਾਰ ਕਿਹਾ ਗਿਆ। ਜਿਵੇਂ ਸੰਸਾਰ ਸਮੁੰਦੇ ਤਾਰ ਗੋਬਿੰਦੇ, ਭਾਵ ਸੰਸਾਰ ਨੂੰ ਜਦੋਂ ਸਮੁੰਦਰ ਦੀ ਤਸਵੀਰ ਦਿੱਤੀ ਮਹਾਰਾਜ ਨੇ ਬਾਣੀ ਵਿੱਚ ਬਹੁਤ ਥਾਵਾਂ ਤੇ ਦਿੱਤੀ ਹੈ। ਇੱਥੇ ਮਹਾਰਾਜ ਕੈਸੇ ਤਲਾਬ ਦੀ ਗੱਲ ਕਰਦੇ ਆ, ਇਸੇ ਸਮੁੰਦਰ ਦੀ ਗੱਲ ਕਰਦੇ ਆ। ਮਹਾਰਾਜ ਆਖਦੇ ਆ ਉਸ ਪਰਮਾਤਮਾ ਨੇ ਜਿਹੜਾ ਸੰਸਾਰ ਬਣਾਇਆ, ਆਮ ਤਲਾਬ ਵਿੱਚ ਤੇ ਪਾਣੀ ਹੁੰਦਾ, ਪਰ ਇਸ ਤਲਾਬ ਵਿੱਚ, ਇਸ ਸਰੋਵਰ ਵਿੱਚ ਪਾਣੀ ਨਹੀਂ ਹੈ, ਬਈ ਇੱਥੇ ਪਾਣੀ ਦੀ ਥਾਂ ਤੇ ਅੱਗ ਹੈ। ਤਿਤ ਸਰਵਰੜ ਹੈ ਭਈਲੇ ਨਿਵਾਸਾ, ਅਸੀਂ ਇੱਕ ਐਸੇ ਸਰੋਵਰ ਵਿੱਚ ਨਿਵਾਸ ਕੀਤਾ ਹੋਇਆ। ਭਈਲੇ ਨਿਵਾਸਾ, ਅਸੀਂ ਇੱਕ ਐਸੇ ਸਰੋਵਰ ਵਿੱਚ ਰਹਿ ਰਹੇ ਹਾਂ, ਐਸੇ ਸਰੋਵਰ ਵਿੱਚ ਸਾਡਾ ਨਿਵਾਸ ਹੈ, ਸਾਡਾ ਵਾਸਾ ਹੈ। ਪਾਣੀ ਪਾਵਕ ਤਿਨਹੇ ਕੀਆ, ਜਿੱਥੇ ਪਾਣੀ ਦੀ ਥਾਂ ਤੇ ਅੱਗ ਪਈ ਹੋਈ ਹੈ। ਅਸੀਂ ਪਾਣੀ ਵਿੱਚ ਨਹੀਂ ਰਹਿ ਰਹੇ, ਅਸੀਂ ਪਾਣੀ ਦੀ ਥਾਂ ਤੇ ਅੱਗ ਵਿੱਚ ਰਹਿ ਰਹੇ ਹਾਂ। ਹੁਣ ਇਹਨੂੰ ਅੱਗ ਕਾਹਤੋਂ ਕਹਿ ਮਹਾਰਾਜ ਨੇ, ਪਾਣੀ ਦੀ ਥਾਂ ਤੈਨੂੰ ਅੱਗ ਕਿਉਂ ਵਰਤਿਆ? ਵੀ ਜਿਸ ਸੰਸਾਰ ਵਿੱਚ ਅਸੀਂ ਰਹਿ ਰਹੇ ਹਾਂ, ਇਹ ਸਮੁੰਦਰ ਵਿੱਚ, ਇਹ ਪਾਣੀ ਦੀ ਥਾਂ ਤੇ ਅੱਗ, ਮਹਾਰਾਜ ਨੇ ਪਤਾ ਕਿਉਂ ਸ਼ਬਦ ਵਰਤਿਆ? ਹਜ਼ੂਰ ਆਖਦੇ ਆ ਅੱਗ ਤਾਂ ਕਹਿ ਕਿਉਂਕਿ ਇੱਥੇ ਵਿਕਾਰਾਂ ਦੀ ਅੱਗ ਹੈ। ਇੱਥੇ ਜਿਹੜੇ ਵਿਕਾਰ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਈਰਖਾ ਦਵੇਖ ਨਿੰਦਾ ਚੁਗਲੀ, ਇਹ ਇੱਕ ਅੱਗ ਹੈ ਜਿਹੜੀ ਬੰਦੇ ਨੂੰ ਅੰਦਰੋਂ ਹੀ ਅੰਦਰੋਂ ਸਾੜਦੀ ਰਹਿੰਦੀ ਹੈ ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੈ ਜੀ। ਬਾਕੀ ਇਹ ਸੰਸਾਰ ਜਿਹੜਾ ਹੈ, ਇੱਥੇ ਵਿਕਾਰਾਂ ਦੀ ਅੱਗ ਹੀ ਹੈ। ਈਰਖਾ ਵੀ ਸਾਨੂੰ ਅੰਦਰੋਂ ਸਾੜਦੀ ਹੈ, ਨਿੰਦਾ ਵੀ ਸਾੜਦੀ ਹੈ,
ਦਵੈਖ ਵੀ ਸਾੜਦਾ, ਵਾਸ਼ਨਾ ਵੀ ਸਾੜਦੀ ਹੈ, ਕ੍ਰੋਧ ਵੀ ਸਾੜਦਾ। ਦੁਸਵੈਸਾ ਕਿਹੜਾ ਵਿਕਾਰ ਹੈ ਜਿਹੜਾ ਤੁਹਾਡੇ ਅੰਦਰ ਨੂੰ ਨਹੀਂ ਸਾੜਦਾ? ਹੈ ਕੋਈ ਐਸਾ ਵਿਕਾਰ? ਕੋਈ ਨਹੀਂ ਹੈ। ਹਰ ਇੱਕ ਵਿਕਾਰ ਸਾਧ ਸੰਗਤ, ਹਰ ਇੱਕ ਵਿਕਾਰ ਬੰਦੇ ਨੂੰ ਤਪਾਉਂਦਾ ਹੀ ਰਹਿੰਦਾ, ਬੰਦਾ ਤਪਦਾ ਹੀ ਹੈ ਉਹਨਾਂ ਵਿਕਾਰਾਂ ਵਿੱਚ। ਇਸ ਸੰਸਾਰ ਵਿੱਚ ਤੁਹਾਨੂੰ ਕੋਈ ਵਿਰਲਾ ਬੰਦਾ ਮਿਲੇਗਾ, ਨਹੀਂ ਤੇ ਹਰ ਬੰਦਾ ਸਾਧ ਸੰਗਤ ਤਪਿਆ ਹੀ ਪਿਆ। ਕੋਈ ਕਿਸੇ ਕਰਕੇ ਤਪਿਆ ਪਿਆ, ਕੋਈ ਕਿਸੇ ਦਾ ਗੁੱਸਾ ਕਿਸੇ ਤੇ ਕੱਢੀ ਜਾਂਦਾ, ਕੋਈ ਕਿਸੇ ਦੇ ਪ੍ਰਤੀ ਈਰਖਾ ਕਿਸੇ ਹੋਰ ਤੇ ਕੱਢੀ ਜਾਂਦਾ, ਭਾਵ ਹਰ ਬੰਦਾ ਤਪਿਆ ਪਿਆ। ਬਸ ਤੁਸੀਂ ਹੱਥ ਲਾ ਕੇ ਦੇਖੋ ਥੋੜਾ ਜਿਹਾ। ਸਾਧ ਸੰਗਤ ਇਹ ਸੰਸਾਰ ਇਹੋ ਜਿਹਾ, ਇੱਥੇ ਥੋੜਾ ਜਿਹਾ ਬਸ ਫਰੋਲਣਾ ਪੈਂਦਾ ਇੱਥੇ, ਤੇ ਥੱਲਿਓ ਤੁਹਾਨੂੰ ਅੱਗ ਦੇ ਭਾਂਬੜ ਮੱਚਦੇ ਹੋਏ ਨਜ਼ਰ ਆਉਣਗੇ। ਹਰ ਬੰਦਾ ਅੰਦਰੋਂ ਸੜਦਾ ਪਿਆ, ਤਪਿਆ ਪਿਆ ਵਿਕਾਰਾਂ ਵਿੱਚ। ਬਾਹਰੋਂ ਹੋ ਸਕਦਾ ਉਹ ਨਜ਼ਰ ਨਾ ਆਵੇ, ਕਈ ਵਾਰ ਅੱਗ ਐਸੀ ਵੀ ਹੁੰਦੀ ਹੈ, ਬਾਹਰੋਂ ਸਾਨੂੰ ਲੱਗਦਾ ਵੀ ਅੱਗ ਨਹੀਂ ਹੈ, ਬਿਲਕੁਲ ਸਾਫ ਤਾਂ ਹੈ, ਪਰ ਤੁਸੀਂ ਥੋੜਾ ਜਿਹਾ ਨੂੰ ਫਰੋਲ ਕੇ ਦੇਖੋ ਤੇ ਹੇਠਾਂ ਤੁਹਾਨੂੰ ਅੱਗ ਧੁੱਖਦੀ ਨਜ਼ਰ ਆਏਗੀ। ਜਿਵੇਂ ਭਗਤ ਸਾਹਿਬ ਜੀ ਇੱਕ ਬਚਨ ਕਰਦੇ ਆ, ਉਹ ਆਖਦੇ ਆ, ਕਬੀਰ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਵਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਉਹ ਆਖਦੇ ਆ, ਮੈਂ ਸੋਚਿਆ ਇਕੱਲਾ ਵਿਕਾਰਾਂ ਦਾ ਦੁੱਖ ਅੱਗ ਮੇਰੇ ਕੋਲ ਹੀ ਹੈ, ਇਸ ਅੱਗ ਦਾ ਦੁੱਖ ਮੈਂ ਹੀ ਭੋਗਦਾ ਪਿਆ। ਪਰ ਨਹੀਂ ਬਈ, ਮੈਂ ਥੋੜਾ ਜਿਹਾ ਗੁਰੂ ਸਾਹਿਬ ਨੇ ਕਿਰਪਾ ਕੀਤੀ, ਅਵਸਥਾ ਥੋੜੀ ਜੁੱਚੀ ਹੋਈ ਮੇਰੀ, ਜਦੋਂ ਮੈਂ ਸੰਸਾਰ ਦੇ ਬੰਦਿਆਂ ਵੱਲ ਨਿਗਾਹ ਮਾਰੀ ਮੈਂ ਹੈਰਾਨ ਹੋ ਗਿਆ। ਹੈਰਾਨ ਤਾਂ ਹੋਇਆ ਭਾਈ, ਇੱਥੇ ਤੇ ਹਰ ਬੰਦੇ ਵੱਲ ਵੇਖੋ ਤੁਸੀਂ, ਇੱਥੇ ਹਰ ਇੱਕ ਬੰਦੇ ਦੇ ਘਰ ਵਿੱਚ ਵਿਕਾਰਾਂ ਦੇ ਭਾਂਬੜ ਪਏ ਮੱਚਦੇ ਆ ਹਰ ਬੰਦੇ ਦੀ ਜ਼ਿੰਦਗੀ ਵਿੱਚ। ਜਿਵੇਂ ਰੂੜੀ ਦੀ ਅੱਗ ਨਹੀਂ ਹੁੰਦੀ ਜੀ, ਰੂੜੀ ਦੀ ਅੱਗ ਪ੍ਰਗਟ ਨਹੀਂ ਹੁੰਦੀ, ਤੁਸੀਂ ਜਾਣਦੇ ਹੋ। ਰੂੜੀ ਦੀ ਅੱਗ ਹੇਠਾਂ ਹੀ ਹੇਠਾਂ ਧੁੱਖਦੀ ਰਹਿੰਦੀ ਹੈ, ਹੇਠਾਂ ਹੀ ਹੇਠਾਂ। ਸਾਨੂੰ ਬਾਹਰੋਂ ਲੱਗਦਾ ਵੀ ਹੇਠਾਂ ਕੁਝ ਨਹੀਂ ਹੈ, ਪਰ ਸਾਧ ਸੰਗਤ ਥੋੜੀ ਜਿਹੀ ਉਹਨੂੰ ਹਵਾ ਮਿਲਣ ਦੀ ਦੇਰ ਹੈ, ਬਸ ਕਿਸੇ ਪਾਸਿਓਂ ਥੋੜਾ ਜਿਹਾ ਹਵਾ ਦਾ ਬੁੱਲਾ ਆਵੇ ਤੇ ਸਾਧ ਸੰਗਤ ਜੀ ਨਾਲੋਂ ਨਾਲ ਅੱਗ ਬਲ ਜਾਂਦੀ ਹੈ, ਕਿਉਂਕਿ ਅੱਗ ਧੁੱਖਦੀ ਹੈ ਨਾ ਉੱਥੇ। ਮਹਾਰਾਜ ਆਖਦਿਆ ਭਾਈ, ਬਿਲਕੁਲ ਉਸੇ ਤਰ੍ਹਾਂ ਇਹ ਸੰਸਾਰ ਵਿਕਾਰਾਂ ਦੀ ਅੱਗ ਵਿੱਚ ਸੜਦਾ ਪਿਆ। ਕਬੀਰ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜੱਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਮਹਾਰਾਜ ਇੱਥੇ ਕਹਿ ਰਹੇ ਆ, ਤਿਤ ਸਰਵਰੜ ਹੈ ਪਈਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ। ਇੱਥੇ ਪਾਣੀ ਦੀ ਥਾਂ ਭਾਈ ਅੱਗ ਹੈ, ਇਸ ਅੱਗ ਤੋਂ ਬਚਣਾ ਤੇ ਆਖਦਿਆ ਅੱਗ ਤੇ ਹੈ ਹੀ, ਵਿਕਾਰਾਂ ਦੀ ਅੱਗ ਤੇ ਬਲਦੀ ਬਲਦੀ ਹੈ, ਪਰ ਇੱਥੇ ਵਿਕਾਰਾਂ ਦਾ ਚਿੱਕੜ ਵੀ ਬਹੁਤ ਹੈ। ਜਿਹੜਾ ਇੱਕ ਵਾਰ ਬੰਦਾ ਇਸ ਦਲਦਲ ਵਿੱਚ ਧਸ ਜਾਏ ਨਾ, ਵਿਕਾਰਾਂ ਦੀ ਦਲਦਲ ਵਿੱਚ, ਆਖਦਿਆ ਭਾਈ ਇਹਦੇ ਚੋਂ ਬਾਹਰ ਨਿਕਲਣਾ ਬੜਾ ਔਖਾ ਹੈ, ਇਹਦੇ ਚ ਪੈਰ ਧਰਨਾ ਤੇ ਸੌਖਾ ਜੇ, ਪਰ ਇਹਦੇ ਚੋਂ ਪੈਰ ਕੱਢਣਾ ਬਹੁਤ ਔਖਾ ਹੈ। ਬਚਨ ਕਿਹਾ ਮਹਾਰਾਜ ਨੇ, ਪੰਕਜ, ਪੰਕਜ ਦਾ ਅਰਥ ਹੁੰਦਾ ਚਿੱਕੜ। ਆਖਦਿਆ ਪੰਕਜ ਮੋਹ, ਚਿੱਕੜ ਕਿਹਦਾ? ਆਖਿਆ ਚਿੱਕੜ ਸਭ ਤੋਂ ਖਤਰਨਾਕ ਹੈ ਮੋਹ ਦਾ। ਆ ਸੰਸਾਰ ਦੇ ਮੋਹ ਦਾ ਚਿੱਕੜ ਹੀ ਹੈ ਜਿਹੜਾ ਸਾਨੂੰ ਇਹਨੂੰ ਛੱਡਣ ਨਹੀਂ ਦਿੰਦਾ। ਹੋਰ ਕੀ ਹੈ ਸੰਸਾਰ ਦਾ?
ਮੋਹ ਇੱਕ ਐਸੀ ਚੀਜ਼ ਹੈ ਜਿਹੜੀ ਸਾਨੂੰ ਸੰਸਾਰ ਦੀ ਗ੍ਰਿਫਤ ਵਿੱਚ ਜਕੜ ਕੇ ਰੱਖਦੀ ਹੈ। ਜਕੜ ਕੇ ਇਹ ਮੋਹ ਇਕੱਲਾ ਬੰਦੇ ਵਿੱਚ ਨਹੀਂ ਹੁੰਦਾ, ਇਹ ਮੋਹ ਪੰਛੀਆਂ ਵਿੱਚ ਵੀ ਹੁੰਦਾ, ਇਹ ਮੋਹ ਜਾਨਵਰਾਂ ਵਿੱਚ ਵੀ ਹੁੰਦਾ, ਪਸ਼ੂਆਂ ਵਿੱਚ ਵੀ ਹੁੰਦਾ। ਸਤਿਗੁਰੂ ਜੀ ਆਖਦੇ ਆ ਮੋਹ ਨੂੰ ਚਿੱਕੜ ਮੈਂ ਤਾਂ ਕਿਹਾ, ਦਲਦਲ ਤਾਂ ਕਿਹਾ, ਕਿਉਂਕਿ ਇੱਕ ਵਾਰ ਇਸ ਦਲਦਲ ਵਿੱਚ ਬੰਦਾ ਚਲਾ ਜਾਏ ਫਿਰ ਮੋਹ ਦੀਆਂ ਤੰਦਾਂ ਉਹਨੂੰ ਇੰਨਾ ਕੁ ਜਕੜ ਲੈਂਦੀਆਂ ਨੇ ਕਿ ਬੰਦੇ ਦਾ ਛੱਡਣ ਨੂੰ ਜੀ ਨਹੀਂ ਕਰਦਾ। ਕਈ ਵਾਰ ਬੰਦੇ ਨੂੰ ਪਤਾ ਵੀ ਹੁੰਦਾ ਕਿ ਮੈਂ ਗਲਤ ਫਸ ਗਿਆ ਵਾਂ, ਪਰ ਸਾਧ ਸੰਗਤ ਛੱਡਿਆ ਫਿਰ ਵੀ ਨਹੀਂ ਜਾਂਦਾ, ਬੰਦੇ ਕੋਲ ਨਹੀਂ ਛੱਡਿਆ ਜਾਂਦਾ ਜੀ। ਸਾਧ ਸੰਗਤ ਮੋਹ ਇੰਨਾ ਕੁ ਖਤਰਨਾਕ ਹੈ ਨਾ, ਬੰਦੇ ਨੂੰ ਮੋਹ ਅੱਗੇ ਨਹੀਂ ਜਾਣ ਦਿੰਦਾ। ਯਾਦ ਰੱਖਿਓ, ਕਈ ਵਾਰ ਬੰਦੇ ਨੂੰ ਮੋਹ ਜਦੋਂ ਸੰਸਾਰ ਨੂੰ ਤਿਆਗਦਾ ਹੈ ਮੋਹ ਉਹਨੂੰ ਫਿਰ ਪਿੱਛੇ ਖਿੱਚ ਲਿਆਉਂਦਾ। ਇਹ ਸੱਚਾਈ ਹੈ। ਮੰਨ ਲਓ ਕਿਸੇ ਦੀ ਡੈਥ ਹੋਈ ਹੈ ਇਨਸਾਨ ਦੀ, ਜੇ ਉਹ ਮੰਨ ਲਓ ਐਸੇ ਬੜੇ ਦੇਖੇ ਨੇ ਸਾਧ ਸੰਗਤ ਬਜ਼ੁਰਗ, ਉਹ ਸੰਸਾਰ ਤੋਂ ਮੰਨ ਲਓ ਛੱਡਣ ਦਾ ਸਮਾਂ ਉਹਨਾਂ ਦਾ, ਪਰ ਅਖੀਰਲੇ ਸਵਾਸਾਂ ਤੇ ਆ ਕੇ ਵੀ ਇੰਜ ਲੱਗਦਾ ਉਹਨਾਂ ਨੂੰ ਆਪ ਪਤਾ ਹੁੰਦਾ ਵੀ ਅਸੀਂ ਚੰਦ ਦਿਨਾਂ ਦੇ ਮਹਿਮਾਨ ਆ ਸੰਸਾਰ ਤੇ, ਪਰ ਉਹ ਮੋਹ ਫਿਰ ਵੀ ਨਹੀਂ ਛੱਡਦੇ ਜੀ। ਉਹ ਸੰਸਾਰ ਦਾ ਮੋਹ ਫਿਰ ਵੀ ਨਹੀਂ ਛੱਡਦੇ, ਆਪਣੀਆਂ ਚੀਜ਼ਾਂ ਨਾਲ, ਪਦਾਰਥਾਂ ਨਾਲ, ਘਰ ਨਾਲ, ਪੈਸੇ ਨਾਲ। ਉਹ ਫਿਰ ਵੀ ਉਹਨੂੰ ਫਿਰ ਪੁੱਛੀ ਜਾਣਗੇ ਫਲਾਣੀ ਚੀਜ਼ ਠੀਕ ਹੈ, ਉਹਦਾ ਪਤਾ ਕੀਤਾ ਵੀ ਤੂੰ ਅੱਗੇ ਦੀ ਸੋਚ, ਤੂੰ ਅੱਗੇ ਜਾਣਾ। ਉਹ ਫਿਰ ਵੀ ਪਿੱਛੇ ਖਿਆਲ ਰੱਖਣਗੇ। ਮਹਾਰਾਜ ਆਖਦੇ ਕਈ ਵਾਰ ਜਦੋਂ ਬੰਦਾ ਦੁਨੀਆਂ ਤੋਂ ਜਾਂਦਾ ਜਦੋਂ ਖਿਆਲ ਪਿੱਛੇ ਰਹਿ ਜਾਏ ਤੇ ਉਹਨੂੰ ਫਿਰ ਅਗਲਾ ਜਨਮ ਉਸੇ ਮੁਤਾਬਕ ਮਿਲ ਜਾਂਦਾ, ਉਸੇ ਮੁਤਾਬਕ ਮਿਲ ਜਾਂਦਾ, ਕਿਉਂਕਿ ਮੋਹ ਖਿੱਚਦਾ ਬੰਦੇ ਨੂੰ। ਯਾਦ ਰੱਖਿਓ, ਮੋਹ ਖਿੱਚਦਾ। ਤਾਂ ਮਹਾਰਾਜ ਨੇ ਆਖਿਆ ਪੰਕਜ ਮੋਹ ਪੱਗ ਨਹੀਂ ਚੱਲੇ, ਇਹ ਚਿੱਕੜ ਤੇਰੇ ਕਦਮ ਹਿੱਲਣ ਨਹੀਂ ਦਿੰਦਾ। ਤੇਰੇ ਤੋਂ ਕੋਸ਼ਿਸ਼ ਕਰਦਾ ਪੈਰ ਹਿਲਾਉਣ ਦੇ ਵੀ ਕੱਢ ਲਵਾਂ ਪੈਰ, ਪਰ ਕਿੱਥੇ ਨਿਕਲਦਾ ਪੈਰ ਮੋਹ ਚੋਂ। ਹਜ਼ੂਰ ਆਖਦਿਆ ਪੰਕਜ ਮੋਹ ਪੱਗ ਨਹੀਂ ਚੱਲੇ, ਤੇ ਆਖਦਿਆ ਭਾਈ ਮੈਂ ਕੋਈ ਝੂਠ ਨਹੀਂ ਬੋਲਦਾ ਪਿਆ, ਹਮ ਦੇਖਾ ਮੈਂ ਦੇਖਿਆ। ਗੁਰੂ ਨਾਨਕ ਜੀ ਕਹਿ ਰਹੇ ਮੈਂ ਦੇਖਿਆ ਸਭ, ਮੇਰੀ ਅੱਖਾਂ ਦੇ ਸਾਹਮਣੇ ਡੁੱਬੇ ਆ ਬੰਦੇ ਇਸ ਭਿਆਨਕ ਵਿਕਾਰਾਂ ਦੀ ਅੱਗ ਵਿੱਚ, ਇਸ ਚਿੱਕੜ ਵਿੱਚ ਮੇਰੀਆਂ ਅੱਖਾਂ ਦੇ ਸਾਹਮਣੇ ਡੁੱਬਦੇ ਮੈਂ ਲੱਖਾਂ ਵੇਖੇ ਆ, ਹਮ ਦੇਖਾ ਤਹਿ ਡੂਬੀ ਅਲੇ। ਹਜ਼ੂਰ ਆਖਦਿਆ ਡੁੱਬਦੇ ਸਾਰੇ ਆ ਜਿਹੜੇ ਵਿਕਾਰਾਂ ਦੀ ਅੱਗ ਵਿੱਚ ਨੇ, ਮੋਹ ਦੇ ਚਿੱਕੜ ਵਿੱਚ ਫਸੇ ਹੋਏ ਆ। ਬਸ ਤਰੇਗਾ ਉਹੀ ਜਿਹੜਾ ਇਸ ਮੋਹ ਤੇ ਵਿਕਾਰਾਂ ਦੀ ਅੱਗ ਚੋਂ ਬਚ ਜਾਏਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਤਿਤ ਸਰਵਰਡ ਹੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ, ਪੰਕਜ ਮੋਹ ਪੱਗ ਨਹੀਂ ਚਾਲੇ, ਹਮ ਦੇਖਾ ਤਹਿ ਡੂਬੀ ਅਲੇ। ਫਿਰ ਅੱਗੇ ਆਖਦਿਆ ਭਾਈ ਤੂੰ ਇੰਨਾ ਕੁ ਦਲਦਲ ਵਿੱਚ ਧਸ ਗਿਆ, ਇੰਨਾ ਕੁ ਵਿਕਾਰਾਂ ਦੀ ਅੱਗ ਵਿੱਚ, ਤੈਨੂੰ ਉਸ ਪਰਮਾਤਮਾ ਨੂੰ ਚੇਤੇ ਕਰਨਾ ਹੀ ਭੁੱਲ ਗਿਆ, ਕਿਉਂਕਿ ਮੋਹ ਨੇ ਰੱਬ ਦੇ ਨਾਲ ਪਿਆਰ ਪੈਣ ਹੀ ਨਹੀਂ ਨਾ ਦਿੱਤਾ। ਇਹਨੂੰ ਮੋਹ ਨੇ ਸੰਸਾਰ ਵਿੱਚ ਉਲਝਾ ਕੇ ਰੱਖਿਆ। ਇਹਨੂੰ ਮੋਹ ਨੇ ਆਖਿਆ ਪਦਾਰਥ ਜ਼ਰੂਰੀ ਆ, ਕਰ ਆਪਾਂ ਪਲਾਟ ਲੈਣਾ, ਆਪਾਂ ਫਲਾਣੀ ਥਾਂ ਤੇ ਫਲੈਟ ਲੈਣਾ, ਆਪਾਂ ਆ ਵੀ ਕਰਨਾ, ਆਪਾਂ ਉਹ ਵੀ ਕਰਨਾ, ਬੱਚਿਆਂ ਦਾ ਸੋਚਣਾ, ਉਹਨਾਂ ਦੇ ਅੱਗੇ ਪਰਿਵਾਰ ਦਾ ਸੋਚਣਾ। ਇਹ ਮੋਹ ਨੇ ਇਹਨੂੰ ਸਮਾਂ ਕੱਢਣ ਹੀ ਨਹੀਂ ਦਿੱਤਾ ਰੱਬ ਵਾਲੇ ਪਾਸੇ।
ਮਹਾਰਾਜ ਆਖਦਿਆ ਮਨ ਏਕ ਨ ਚੇਤਸ ਮੂੜ ਮਨਾ ਹੇ ਮੂਰਖ ਮਨਾ ਤੂੰ ਇੱਕ ਵਾਰ ਵੀ ਪਰਮਾਤਮਾ ਨੂੰ ਚੇਤੇ ਨਹੀਂ ਕੀਤਾ। ਤੂੰ ਇੰਨਾ ਕੁ ਸੰਸਾਰ ਦੇ ਮੋਹ ਵਿੱਚ ਫਸ ਗਿਆ ਕਿ ਤੈਨੂੰ ਰੱਬ ਨਾਲ ਬਿਲਕੁਲ ਵੀ ਪਿਆਰ ਨਹੀਂ ਆਇਆ ਕਿ ਰੱਬ ਨੇ ਮੈਨੂੰ ਦੁਨੀਆਂ ਤੇ ਭੇਜੇ ਮੈਂ ਉਹਦਾ ਨਾਮ ਜਪਣਾ। ਮਹਾਰਾਜ ਆਖਦਿਆ ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਜਿਉਂ ਜਿਉਂ ਤੈਨੂੰ ਹਰੀ ਵਿਸਰਦਾ ਗਿਆ, ਜਿਉਂ ਜਿਉਂ ਤੈਨੂੰ ਰੱਬ ਭੁੱਲਦਾ ਗਿਆ, ਜਿਹੜੇ ਤੇਰੇ ਕੋਈ ਚੰਗੇ ਗੁਣ ਵੀ ਸਨ, ਤੇਰੇ ਚੰਗੇ ਕਰਮ ਵੀ ਸਨ ਨਾ, ਉਹ ਇਸ ਵਿਕਾਰਾਂ ਦੀ ਅੱਗ ਵਿੱਚ ਗਲਦੇ ਗਏ। ਯਾਦ ਰੱਖਿਓ ਅੱਗ ਵਿੱਚ ਜੋ ਸੁੱਟੋਗੇ ਅੱਗ ਸਭ ਕੁਝ ਗਾਲ ਦੇਗੀ। ਅੱਗ ਤੇ ਸਾਧ ਸੰਗਤ ਹਰ ਇੱਕ ਚੀਜ਼ ਨੂੰ ਪਿਘਲਾ ਕੇ ਰੱਖ ਦਿੰਦੀ ਹੈ। ਅੱਗ ਬਖਸ਼ਦੀ ਹੈ ਕਿਸੇ ਨੂੰ? ਅੱਗ ਅੱਗ ਨਹੀਂ ਬਖਸ਼ਦੀ ਕਿਸੇ ਨੂੰ। ਅੱਗ ਤੇ ਪਿੰਡਾਂ ਦੇ ਪਿੰਡ ਸਵਾ ਕਰ ਦਿੰਦੀ ਹੈ। ਸਾਧ ਸੰਗਤ ਜੀ, ਮਹਾਰਾਜ ਆਖਦਿਆ ਤੂੰ ਚੀਜ਼ ਕੀ ਹੈ ਉਸ ਵਿਕਾਰਾਂ ਦੀ ਅੱਗ ਅੱਗੇ? ਜੋ ਤੇਰੇ ਚੰਗੇ ਗੁਣ ਸਨ, ਵਿਕਾਰਾਂ ਦੀ ਅੱਗ ਨੇ ਉਹ ਸਾਰੇ ਗੁਣ ਚੰਗੇ ਕਰਮ ਵੀ ਪਿਘਲਾ ਕੇ ਰੱਖ ਦਿੱਤੇ। ਹਜ਼ੂਰ ਨੇ ਤਾਂ ਆਖਿਆ ਹਰ ਬਿਸਰਤ, ਜਦੋਂ ਤੈਨੂੰ ਰੱਬ ਵਿਸਰ ਗਿਆ ਤੇਰੇ ਗੁਣ ਗਲਿਆ, ਤੇਰੇ ਗੁਣ ਖਤਮ ਹੋ ਗਏ, ਗੁਣ ਗਲੇ ਗਏ ਤੇਰੇ ਅੱਗ ਵਿੱਚ। ਸਾਧ ਸੰਗਤ ਵੈਸੇ ਵੀ ਰੱਬ ਨੂੰ ਨਾ ਚੇਤੇ ਕਰੀਏ, ਹਰੀ ਨੂੰ ਵਿਸਾਰ ਦੀਏ ਤੇ ਬੰਦਾ ਖੱਟਦਾ ਕੁਝ ਨਹੀਂ ਹੈ। ਹਰੀ ਨੂੰ ਭੁੱਲ ਕੇ ਕੀ ਖੱਟਾਂਗੇ ਦੱਸੋ ਤੁਸੀਂ? ਕੁਝ ਨਹੀਂ ਖੱਟਿਆ ਜਾਂਦਾ। ਜੇ ਹਰੀ ਰੱਬ ਭੁੱਲ ਗਿਆ, ਗੁਰੂ ਭੁੱਲ ਗਿਆ, ਸਮਝੋ ਤੁਹਾਡਾ ਜੀਵਨ ਵਿਅਰਥ ਹੈ। ਆ ਬਚਨ ਹਮੇਸ਼ਾ ਚੇਤੇ ਰੱਖਿਆ ਕਰੋ, ਹਰ ਬਿਸਰਤ ਸਦਾ ਖੁਆਰੀ, ਹਰ ਬਿਸਰਤ ਸਦਾ ਖੁਆਰੀ, ਤਾਕੋ ਧੋਖਾ ਕਹਾ ਵਿਆਪੈ ਜਾਕੋ ਓਟ ਤੁਹਾਰੀ। ਮਾਲਕ ਨੇ ਦੋਵੇਂ ਗੱਲਾਂ ਕਹੀਆਂ, ਆਖਿਆ ਜੇ ਹਰੀ ਨੂੰ ਵਿਸਾਰ ਦੇਵੇਂਗਾ ਤੇਰਾ ਜੀਵਨ ਖੁਆਰ ਹੈ, ਉਹਨੂੰ ਨਹੀਂ ਬਚਾ ਸਕਦਾ ਕੋਈ। ਹਾਂ, ਜੇ ਤੂੰ ਰੱਬ ਨੂੰ ਚੇਤੇ ਰੱਖੇਗਾ ਤੈਨੂੰ ਮਾਇਆ ਨਹੀਂ ਠੱਗ ਸਕਦੀ, ਇਹ ਮੇਰੀ ਗਰੰਟੀ। ਤੈਨੂੰ ਮਾਇਆ ਧੋਖਾ ਨਹੀਂ ਦੇ ਸਕਦੀ, ਬਾਕੀ ਸਭ ਨੂੰ ਮਾਇਆ ਧੋਖਾ ਦਿੰਦੀ ਹੈ। ਧੋਖਾ ਕਿਵੇਂ? ਅਸੀਂ ਸਮਝਦੇ ਹਾਂ ਮਾਇਆ ਸਾਡੀ ਹੈ, ਅਵਿਕਾਰ ਸਾਡੇ ਆ, ਜਿਨ੍ਹਾਂ ਨਾਲ ਅਸੀਂ ਮੋਹ ਪੈ ਲੱਗਦਾ ਸਾਡੇ ਆਪਣੇ ਆ, ਪਰ ਸਾਡੇ ਆਪਣੇ ਨਹੀਂ ਹੁੰਦੇ, ਨਹੀਂ ਹੁੰਦੇ। ਆਹ ਧੋਖਾ ਹੈ ਕਿ ਜੋ ਲੱਗਦਾ ਸੀ ਸਾਡਾ ਸਾਥ ਦੇਗਾ ਉਹ ਸਾਥ ਨਹੀਂ ਦਿੰਦਾ ਨਾ, ਧੋਖਾ ਹੋ ਗਿਆ ਸਾਡੇ ਨਾਲ। ਜੋ ਅਸੀਂ ਸੋਚੀ ਬੈਠੇ ਸਾਂ ਉਹ ਤੇ ਹੋਇਆ ਹੀ ਨਹੀਂ। ਵੇਖੋ ਅਸੀਂ ਕਿਸੇ ਥਾਂ ਮਾਰਕੀਟ ਚੋਂ ਕੋਈ ਚੀਜ਼ ਲੈ ਕੇ ਆਈਏ ਜੋ ਸਾਨੂੰ ਦੁਕਾਨਦਾਰ ਕਹਿ ਕੇ ਦਿੰਦਾ, ਜਦੋਂ ਘਰ ਆ ਕੇ ਖੋਲਦੇ ਉਹ ਚੋਂ ਨਹੀਂ ਨਿਕਲਦਾ, ਅਸੀਂ ਅੱਗ ਦੇ ਲੈ ਠੱਗੇ ਗਏ ਵੀ ਆਪਾਂ, ਧੋਖਾ ਹੋ ਗਿਆ ਆਪਣਾ। ਉਹ ਧੋਖਾ ਸਾਡੇ ਨਾਲ ਰੋਜ਼ ਹੁੰਦਾ। ਆ ਸੰਸਾਰ ਕਰਦਾ, ਵਿਕਾਰ ਕਰਦੇ, ਪਰ ਬੰਦੇ ਨੂੰ ਸਮਝ ਫਿਰ ਵੀ ਨਹੀਂ ਆਉਂਦੀ। ਇਹਦੀ ਆਹੀ ਪ੍ਰੋਬਲਮ ਹੈ, ਇਹਨੂੰ ਰੋਜ਼ ਦਿਸਦਾ ਵੀ ਹੈ, ਇਹਦੇ ਨਾਲ ਸਭ ਕੁਝ ਹੁੰਦਾ ਵੀ ਹੈ, ਇਹਦੇ ਨਾਲ ਦੇ ਦੁਨੀਆਂ ਤੋਂ ਜਾਈ ਜਾਂਦੇ, ਇਹਨੂੰ ਸਭ ਕੁਝ ਦਿਸਦਾ ਵੀ ਹੈ, ਨਾਲ ਕੁਝ ਨਹੀਂ ਜਾਣਾ ਬਈ, ਖਾਲੀ ਹੱਥ ਸਭ ਕੁਝ ਇੱਥੇ ਰਹਿ ਜਾਣਾ, ਪਰ ਬੰਦਾ ਫਿਰ ਵੀ ਨਹੀਂ ਉਸ ਪਾਸੇ ਚੱਲਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਖਦੇ ਆ ਇਸ ਕਰਕੇ ਪਈ, ਮਨ ਏਕ ਨ ਚੇਤਸ ਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ। ਹਰੀ ਨੂੰ ਨਾ ਵਿਸਾਰੀ, ਰੱਬ ਨਹੀਂ ਭੁੱਲਣਾ ਚਾਹੀਦਾ ਜ਼ਿੰਦਗੀ। ਸਾਧ ਸੰਗਤ ਦੁਨੀਆਂ ਵਿੱਚ ਬਾਕੀ ਸਭ ਕੁਝ ਭੁੱਲ ਜਾਏ, ਮੈਂ ਆਖਦਾ ਰੱਬ ਨਹੀਂ ਭੁੱਲਣਾ ਚਾਹੀਦਾ। ਦੁਨੀਆਂ ਭੁੱਲ ਜਾਏ ਕੰਮ ਚੱਲ ਜਾਏਗਾ, ਰੱਬ ਭੁੱਲ ਗਿਆ ਨਾ
ਫਿਰ ਦੁਨੀਆ ਦੇ ਜੋਗੇ ਰਹਿ ਜਾਂਗੇ ਬਸ। ਫਿਰ ਇੱਥੇ ਆਉਣਾ ਫਿਰ ਆਪਾਂ ਵਾਰ ਵਾਰ, ਕਦੀ ਕਿਹੜਾ ਜਨਮ ਲੈ ਕੇ, ਕਦੀ ਕਿਹੜਾ ਜਨਮ ਲੈ ਕੇ, ਬਸ ਫਿਰ ਇੱਥੇ ਇਸ ਸੰਸਾਰ ਜੋਗੇ ਰਹਿ ਜਾਂਗੇ। ਪਰ ਜੇ ਰੱਬ ਚੇਤੇ ਰਿਹਾ ਨਾ, ਫਿਰ ਅਸੀਂ ਰੱਬ ਜੋਗੇ ਰਹਿ ਜਾਂਗੇ। ਪਰ ਸੰਸਾਰ ਦੇ ਵਿਕਾਰਾਂ ਵਿੱਚੋਂ, ਜਨਮ ਮਰਨ ਦੇ ਗੇੜ ਚੋਂ ਸਾਡਾ ਖਹਿੜਾ ਛੁੱਟ ਜਾਏਗਾ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਆਖਦੇ ਆ, ਜਦੋਂ ਇਨਸਾਨ ਵੱਲ ਦੇਖਦਾ ਹਾਂ ਮੈਨੂੰ ਬੜੀ ਹੈਰਾਨੀ ਹੋ ਜਾਂਦੀ ਹੈ। ਬੰਦਾ ਇੰਨਾ ਕੁ ਮੋਹ ਦੀਆਂ ਤੰਦਾਂ ਵਿੱਚ ਜਕੜਿਆ ਹੁੰਦਾ ਕਿ ਉਹਨੂੰ ਰੱਬ ਚੇਤੇ ਹੀ ਨਹੀਂ ਰਹਿੰਦਾ। ਸਤਿਗੁਰੂ ਜੀ ਆਖਦੇ ਆ, ਮੋਹ ਇੰਨਾ ਕੁ ਖਤਰਨਾਕ ਇਨਸਾਨ ਦੀ ਜ਼ਿੰਦਗੀ ਵਿੱਚ ਕਿ ਇਸ ਮੋਹ ਨੇ ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਖਰਾਬ ਕੀਤੀਆਂ। ਗੁਰੂ ਰਾਮਦਾਸ ਮਹਾਰਾਜ ਪ੍ਰਿਥੀ ਚੰਦ ਨੂੰ ਵੀ ਕਹਿੰਦੇ ਹੁੰਦੇ ਸਨ, ਬੇਟਾ ਤੇਰਾ ਮੋਹ ਮਾਇਆ ਨਾਲ ਬਹੁਤ ਹੈ ਜੋ ਤੈਨੂੰ ਬਰਬਾਦ ਕਰੇਗਾ। ਤੂੰ ਮਾਇਆ ਨਾਲ ਮੋਹ ਪਾਇਆ, ਆਪਣੇ ਛੋਟੇ ਭਰਾ ਵੱਲ ਵੇਖ। ਮਹਾਰਾਜ ਨੇ ਕਹਿਣਾ ਉਹਨੂੰ, ਪ੍ਰਿਥੀ ਚੰਦ ਤੂੰ ਮਾਇਆ ਨਾਲ ਮੋਹ ਪਾਇਆ। ਉਹ ਮਾਇਆ ਤੇ ਚਾਹੁੰਦਾ ਸੀ, ਉਹ ਆਖਦਾ ਸੀ ਗੁਰਤਾ ਗੱਦੀ ਮੈਨੂੰ ਮਿਲੇ, ਸਾਰੀ ਮਾਇਆ ਮੇਰੇ ਕੋਲ ਆਵੇ, ਤੇ ਸਾਰੀ ਜਿੰਨੀ ਵੀ ਮਾਇਆ ਆਉਂਦੀ ਸੀ ਨਾ, ਸਾਰੀ ਮਾਇਆ ਉਹੀ ਸਾਂਭਦਾ ਸੀ। ਸਾਰੀ ਮਾਇਆ ਉਹਨੇ ਸਾਰੀ ਮਾਇਆ ਆਪ ਗਿਣਨੀ। ਤੇ ਇੱਕ ਦਿਨ ਮਹਾਰਾਜ ਨੇ, ਜਦੋਂ ਮਾਇਆ ਗਿਣਦਾ, ਮਹਾਰਾਜ ਸੱਚੇ ਪਾਤਸ਼ਾਹ ਕੋਲ ਚਲੇ ਗਏ। ਮਹਾਰਾਜ ਕਹਿਣ ਲੱਗੇ, ਪ੍ਰਿਥੀ ਚੰਦ ਕੀ ਕਰਦਾ ਪਿਆ? ਉਹ ਆਖਦਾ, ਮਹਾਰਾਜ ਮਾਇਆ ਗਿਣਦਾ ਪਿਆ। ਸਤਿਗੁਰੂ ਜੀ ਆਖਦੇ ਆ, ਆਪਣੇ ਹੱਥ ਵੇਖ। ਸਿੱਕੇ ਹੁੰਦੇ ਸਨ ਉਦੋਂ, ਉਹਦੇ ਹੱਥ ਕਾਲੇ ਹੋਏ ਪਏ। ਮਹਾਰਾਜ ਕਹਿਣ ਲੱਗੇ, ਪ੍ਰਿਥੀ ਚੰਦ ਜਿਵੇਂ ਮਾਇਆ ਗਿਣ ਗਿਣ ਕੇ ਤੇਰੇ ਹੱਥ ਕਾਲੇ ਹੋਏ ਪਏ ਆ ਨਾ, ਮਾਇਆ ਨੇ ਤੇਰਾ ਅੰਦਰ ਵੀ ਕਾਲਾ ਹੀ ਕੀਤਾ ਪਿਆ। ਤੂੰ ਮੋਹ ਵਿੱਚ ਇੰਨਾ ਕੁ ਖਚਿਤ ਹੋ ਗਿਆ ਮਾਇਆ ਦੇ। ਮਹਾਰਾਜ ਆਖਦਿਆ, ਤੂੰ ਇੰਨਾ ਕੁ ਖਚਿਤ ਹੋ ਗਿਆ, ਤੈਨੂੰ ਇਹ ਵੀ ਨਹੀਂ ਪਤਾ ਕਈ ਵਾਰ ਲੱਗਦਾ ਤੂੰ ਆਪਣੇ ਪਿਤਾ ਨਾਲ ਗੱਲ ਕਰਦਾ ਪਿਆ, ਤੂੰ ਆਪਣੇ ਬਾਪ ਨਾਲ ਗੱਲ ਕਰਦਾ ਪਿਆ। ਇਸ ਮੋਹ ਨੇ ਤੈਨੂੰ ਇੰਨਾ ਕੁ ਅੰਦਰੋਂ ਖਤਮ ਕਰ ਦਿੱਤਾ ਹੈ, ਤੈਨੂੰ ਵੱਡੇ ਤੇ ਛੋਟੇ ਦਾ ਫਰਕ ਹੀ ਨਹੀਂ ਪਤਾ, ਫਰਕ ਹੀ ਨਹੀਂ ਪਤਾ ਤੈਨੂੰ। ਮਹਾਰਾਜ ਆਖਦੇ ਆ, ਤੂੰ ਸਭ ਕੁਝ ਭੁੱਲ ਗਿਆ, ਤੈਨੂੰ ਬਸ ਮਾਇਆ ਹੀ ਮਾਇਆ ਨਜ਼ਰ ਆਉਂਦੀ ਹੈ, ਤੂੰ ਹੋਰ ਕੁਝ ਚਾਹੁੰਦਾ ਹੀ ਨਹੀਂ ਦੁਨੀਆਂ ਤੇ। ਤੇ ਫਿਰ ਉਸ ਪ੍ਰਿਥੀ ਚੰਦ ਦਾ ਹਾਲ ਵੀ ਕੀ ਹੋਇਆ ਸਾਨੂੰ ਸਭ ਨੂੰ ਪਤਾ ਹੀ ਹੈ, ਜਦੋਂ ਅਸੀਂ ਹਿਸਟਰੀ ਪੜ੍ਹਦੇ ਹਾਂ। ਤੇ ਸਾਧ-ਸੰਗਤ ਤੋਂ ਬੰਦਾ ਥਾਂ ਥਾਂ ਤੇ ਠੋਕਰਾਂ ਖਾਂਦਾ ਰਿਹਾ, ਤੇ ਅਖੀਰ ਤੇ ਆਪਣੀ ਜ਼ਿੰਦਗੀ ਐਵੇਂ ਖੁਆਰ ਕਰਕੇ ਚਲਾ ਗਿਆ ਬੰਦਾ। ਮਹਾਰਾਜ ਨੇ ਵੇਖੋ, ਜੋ ਹੋਈਆਂ ਨੇ ਦੁਨੀਆਂ ਵਿੱਚ ਸਾਡੇ ਗੁਰੂ ਘਰਾਂ ਵਿੱਚ, ਸਾਨੂੰ ਸਤਿਗੁਰ ਨੇ ਉਹਨਾਂ ਦੀਆਂ ਐਗਜ਼ੈਂਪਲਾਂ ਵੀ ਦਿੱਤੀਆਂ ਨਾ ਮਹਾਰਾਜ ਨੇ। ਇਸ ਕਰਕੇ ਸੱਚੇ ਪਾਤਸ਼ਾਹ ਜੀ ਆਖਦੇ ਆ, ਭਾਈ ਤੂੰ ਬਾਣੀ ਪੜਿਆ ਕਰ। ਸਾਧ ਸੰਗਤ ਜੀ ਵੇਖੋ, ਇਹ ਕੱਲਾ ਮੋਹ ਪ੍ਰਿਥੀ ਚੰਦ ਦਾ ਨਹੀਂ ਸੀ, ਮਨ ਸਾਡਾ ਵੀ ਉਵੇਂ ਹੈ ਮੋਹ, ਸਾਡਾ ਵੀ ਉਸੇ ਤਰ੍ਹਾਂ ਹੀ ਮੋਹ ਹੈ। ਸਾਡੇ ਕੋਲ ਨੋਟ ਹੁੰਦੇ ਸੀ, ਨੋਟ ਚੰਗੇ ਚੰਗੇ ਪਾਸੇ ਰੱਖਦੇ ਹਾਂ, ਸਾਂਭ ਕੇ ਜਿਹੜੇ ਗਲੇ ਗਲੇ ਹੁੰਦੇ ਆ ਅਸੀਂ ਉਹਨਾਂ ਨੂੰ ਤੋਰ ਦਿਆਂਗੇ। ਮੋਹ ਤੇ ਉਹਨਾਂ ਵਾਲਾ ਵੀ ਬਣ ਗਿਆ ਨਾ, ਉੱਥੇ ਹੈ ਤੇ ਕੀਮਤ ਬਰਾਬਰ ਹੀ ਹੈ ਨਾ, ਪਰ ਚੰਗੇ ਨੋਟਾਂ ਨਾਲ ਸਾਡਾ ਮੋਹ ਹੈ। ਇਹ ਨਵੇਂ ਕੜਕ ਦੇ ਨੋਟ ਹੈ ਨਾ, ਜਿਹੜੇ ਨੋਟ ਗਲੇ ਜੇ ਹੁੰਦੇ ਅਸੀਂ ਉਹਨਾਂ ਨੂੰ ਪਹਿਲਾਂ ਤੋਰਦੇ ਹਾਂ, ਵੀ ਇਹਨਾਂ ਨੂੰ ਮੱਥਾ ਟੇਕਣ 'ਤੇ ਵੀ ਉਹ ਵਰਤਦੇ ਆ, ਵੀ ਗੋਲਕ ਜੀ ਪਾਓ ਇਹਨਾਂ ਨੂੰ। ਗੁਰੂ ਸਾਹਿਬ ਨੇ ਦੁਕਾਨਦਾਰ ਤੇ ਫਿਰ ਵੀ ਕਹਿ ਦੇਗਾ ਵੀ ਆਹ ਨੋਟ ਗਲਿਆ ਬਦਲੋ, ਗੁਰੂ ਸਾਹਿਬ ਨੇ ਥੋੜਾ ਕਹਿਣਾ ਵੀ ਆਹ ਨੋਟ ਗੋਲਕ ਚੋਂ ਕੱਢੇ ਨਹੀਂ ਮੈਂ ਚੱਲਣਾ ਮੇਰੇ ਕੋਲ।
ਇਹ ਸੱਚੀ ਗੱਲ ਹੈ। ਤੁਹਾਨੂੰ ਜ਼ਿਆਦਾਤਰ ਨੋਟ ਸਾਰੇ ਗਲੇ ਜਾਂ ਤੇ ਗੋਲਕ ਚੋਂ ਮਿਲਣਗੇ ਜਾਂ ਕਥਾ ਵਾਚਕ ਜਾਂ ਕੀਰਤਨੀਆਂ ਦੇ ਕੋਲੋਂ ਮਿਲਣਗੇ। ਇਹ ਸੱਚਾਈ ਹੈ ਜੀ। ਇਹ ਫਿਰ ਸੋਚੋ ਤੁਸੀਂ ਵੀ ਅਸੀਂ ਸਾਡੀ ਮਾਨਸਿਕਤਾ ਕੀ ਹੈ। ਇਹ ਇੱਥੋਂ ਬੰਦੇ ਦੀ ਮਾਨਸਿਕਤਾ ਦਾ ਪਤਾ ਲੱਗਦਾ ਔਰ ਗੱਲ ਕੋਈ ਨਹੀਂ ਹੈ, ਬੰਦੇ ਦੀ ਸੋਚ ਦਾ ਪਤਾ ਲੱਗਦਾ। ਮੈਂ ਇੱਕ ਐਸਾ ਵੀ ਸ਼ਖਸ ਵੇਖਿਆ ਸਾਧ ਸੰਗਤ, ਸ਼ਖਸ ਐਸਾ ਵੇਖਿਆ ਉਹ ਮਹਾਂਪੁਰਖਾਂ ਕੋਲ ਆਉਂਦਾ ਤੇ ਉਹਨੇ ਜਦੋਂ ਆ ਕੇ ਮੱਥਾ ਟੇਕਣਾ ਮਹਾਂਪੁਰਖਾਂ, ਉਹਨੇ ਉਹ ਨੋਟ ਲੈ ਕੇ ਆਉਣਾ, ਨਵਾਂ ਨੋਟ, ਨਵੀਂ ਗੱਥੀ ਚੋਂ ਹਮੇਸ਼ਾ ਨਵਾਂ ਨੋਟ ਕੱਢ ਕੇ ਲੈ ਕੇ ਆਉਣਾ ਉਹਨੇ। ਤੇ ਉਹਨੂੰ ਕੀ ਕਰਨਾ, ਉਹਨੇ ਉਹਨੂੰ ਥੋੜਾ ਜਿਹਾ ਗਿੱਲੇ ਹੱਥ ਲਾ ਕੇ ਪ੍ਰੈਸ ਮਾਰ ਕੇ ਲੈ ਕੇ ਆਉਣਾ ਨਵੇਂ ਨੋਟ, ਨੋਟ ਵੀ ਨਵਾਂ ਹੋਣਾ। ਹੁਣ ਵੇਖੋ ਸੋਚ ਹੈ, ਗੱਲ ਕੁਝ ਨਹੀਂ ਹੈ। ਉਹਨੇ ਆਖਣਾ ਮੈਂ ਮਹਾਂਪੁਰਖਾਂ ਕੋਲ ਚੱਲਿਆ, ਮੈਂ ਨੋਟ ਐਵੇਂ ਨਹੀਂ ਲੈ ਕੇ ਜਾਣਾ। ਜੇ ਉਹ ਮਨ ਕਰਕੇ ਸੁੱਚੇ, ਉਹ ਆਖਦਾ ਮੈਂ ਇਸ ਨੋਟ ਨੂੰ ਸੁੱਚਾ ਕਰਕੇ ਪ੍ਰੈਸ ਮਾਰ ਕੇ ਲੈ ਕੇ ਆਉਂਦਾ ਇਹ ਨੋਟ ਮਹਾਂਪੁਰਖਾਂ ਕੋਲ। ਆਹ ਸੋਚ ਹੈ ਹਰ ਬੰਦੀ ਦਾ ਨਾ। ਤੇ ਇਸ ਕਰਕੇ ਮੈਂ ਬੇਨਤੀ ਕਰਿਆ, ਮੋਹ ਹੈ ਚੀਜ਼ਾਂ ਦਾ ਸਾਰਾ, ਹੋਰ ਕੁਝ ਨਹੀਂ ਹੈ। ਸਤਿਗੁਰੂ ਜੀ ਆਖਦੇ ਆ ਮੋਹ ਬੰਦਾ ਅਖੀਰਲੇ ਦਮ ਤੱਕ ਬਜ਼ੁਰਗੀ ਵੀ ਜਾ ਕੇ ਵੀ ਆਪਣੀ ਜੇਬ ਨੂੰ ਹੱਥ ਨਹੀਂ ਲਾਉਣ ਦਿੰਦਾ ਕਰਦੇ ਹਨ। ਮਹਾਰਾਜ ਆਖਦੇ ਆ ਮੋਹ ਹੈ ਤੈਨੂੰ ਜਕੜੀ ਫਿਰਦਾ, ਇਹਨੂੰ ਛੱਡ ਇਸ ਮੋਹ ਨੂੰ। ਪਾਤਸ਼ਾਹ ਕਹਿ ਰਿਹਾ ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਲੇ। ਫਿਰ ਅੱਗੇ ਆਖਦੇ ਆ ਮਨ ਏਕ ਨਾ ਚੇਤਸ ਮੋੜ ਮਨਾ ਹਰ ਬਿਸਰਤ, ਤੇਰੇ ਗੁਣ ਗਲਿਆ ਤੇਰੇ ਗੁਣ ਗਾਲ ਕੇ ਰੱਖ ਦਿੱਤੇ ਇਸ ਵਿਕਾਰਾਂ ਦੀ ਅੱਗ ਨੇ ਰਹਾਉ। ਫਿਰ ਅੱਗੇ ਆਖਦੇ ਆ ਬੇਨਤੀ ਕੀਤੀ ਸਤਿਗੁਰੂ ਜੀ ਨਾ ਹੋ ਜਤੀ ਸਤੀ ਨਹੀਂ ਪੜਿਆ। ਮਹਾਰਾਜ ਮੇਰੇ ਚ ਕੋਈ ਜਤ ਨਹੀਂ ਹੈ, ਨਾ ਮੈਂ ਕੋਈ ਸਤ ਕਮਾਇਆ, ਨਾ ਮੈਂ ਕੋਈ ਵੇਦ ਗ੍ਰੰਥ ਪੜ੍ਹੇ। ਮੂਰਖ ਮੁਖ ਦਾ ਜਨਮ ਪਿਆ, ਮੇਰਾ ਜੀਵਨ ਮਹਾਰਾਜ ਮੂਰਖਾਂ ਵਾਲਾ ਹੋਇਆ ਪਿਆ। ਮੈਂ ਮੂਰਖਾਂ, ਮੈਨੂੰ ਕੋਈ ਸਮਝ ਨਹੀਂ, ਮੈਨੂੰ ਕੋਈ ਮਤ ਨਹੀਂ, ਬਸ ਇੱਕੋ ਤੇਰੇ ਚਰਨਾਂ ਵਿੱਚ ਬੇਨਤੀ ਹੈ, ਹੁਣ ਮੈਂ ਤੇਰੀ ਸ਼ਰਨ ਵਿੱਚ ਆ। ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਸਤਿਗੁਰੂ ਤੇਰੀ ਸ਼ਰਨ ਵਿੱਚ ਆ ਤੇ ਉਹਨਾਂ ਗੁਰਮੁਖਾਂ ਦੀ ਸ਼ਰਨ ਵਿੱਚ ਆ ਜਿਨ੍ਹਾਂ ਨੂੰ ਤੂੰ ਕਦੀ ਨਹੀਂ ਭੁੱਲਿਆ। ਮੈਨੂੰ ਤੇ ਤੂੰ ਭੁੱਲਿਆ ਪਿਆ ਨਾ, ਕਿਉਂਕਿ ਹਰ ਬਿਸਰਤ ਤੇਰੇ ਗੁਣ ਗਲਿਆ, ਮੈਨੂੰ ਤੇ ਭੁੱਲਿਆ ਪਿਆ। ਮੈਂ ਇਸ ਮੂਰਖ ਨੂੰ, ਮੇਰੇ ਵਰਗੇ ਅਵਗੁਣ ਯਾਰੇ ਨੂੰ, ਅਪਰਾਧੀ ਨੂੰ, ਸਤਿਗੁਰੂ ਮੈਂ ਹੁਣ ਉਹਨਾਂ ਦੀ ਸ਼ਰਨ ਵਿੱਚ ਗਿਆ ਵਾਂ, ਸ਼ਾਇਦ ਜਿਨ੍ਹਾਂ ਨੂੰ ਤੁਸੀਂ ਕਦੀ ਨਹੀਂ ਭੁੱਲੇ, ਜੋ ਹਰ ਪਲ ਤੁਹਾਨੂੰ ਚੇਤੇ ਕਰਦੇ ਆ, ਹਰ ਪਲ ਤੁਹਾਨੂੰ ਯਾਦ ਕਰਦੇ ਆ, ਸਤਿਗੁਰੂ ਮੈਂ ਉਹਨਾਂ ਦੀ ਸ਼ਰਨ ਵਿੱਚ ਆ। ਹੋ ਸਕਦਾ ਉਹਨਾਂ ਦੇ ਚਰਨਾਂ ਵਿੱਚ ਰਹਿ ਕੇ, ਉਹਨਾਂ ਦੀ ਸੰਗਤ ਵਿੱਚ ਰਹਿ ਕੇ ਮੇਰੇ ਜੀਵਨ ਦਾ ਵੀ ਕੁਝ ਭਲਾ ਹੋ ਜਾਏ। ਪ੍ਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ, ਜਿਨ੍ਹਾਂ ਨੂੰ ਤੂੰ ਕਦੀ ਨਹੀਂ ਵਿਸਰਿਆ। ਜਿਵੇਂ ਇੱਕ ਮਹਾਰਾਜ ਬਚਨ ਕਹਿੰਦੇ ਆ, ਹਜ਼ੂਰ ਸੱਚੇ ਪਾਤਸ਼ਾਹ ਜੀ ਆਖਦੇ ਆ ਭਾਈ ਜਿਹੜੇ ਗੁਰਮੁਖ ਪਿਆਰੇ, ਜੋ ਹਰ ਪਲ ਪਰਮਾਤਮਾ ਦੇ ਨਾਮ ਨੂੰ ਜਪਦੇ ਆ, ਜਿਨ੍ਹਾਂ ਨੇ ਆਪਣੇ ਹਿਰਦੇ ਘਰ ਵਿੱਚ ਪਰਮਾਤਮਾ ਦੇ ਨਾਮ ਧਨ ਨੂੰ ਸਾਂਭਿਆ, ਮਾਇਆ ਨੂੰ ਨਹੀਂ ਸਾਂਭਿਆ, ਨਾਮ ਧਨ ਨੂੰ ਸਾਂਭਿਆ, ਉਹਨਾਂ ਦੀ ਚਰਨਾਂ ਵਿੱਚ ਰਹਿ ਕੇ ਸੇਵਾ ਕਰਿਆ ਕਰ। ਹਜ਼ੂਰ ਆਖਦੇ ਨਾ ਪਾ ਗੱਠੜੇ ਹਰ ਸੰਤ ਤੁਮਾਰੇ, ਜਿਨ ਕਰ ਤਨ ਹਰ ਨਾਮਾ, ਪਰਵਾਨ ਗਣੀ ਸਹੀ ਆਏ ਸਫਲ ਤਿਨਾ ਕੇ ਕਾਮਾ। ਮੇਰੇ ਰਾਮ ਹਰ ਜਨ ਕਹਿ ਹਉ ਬਲ ਜਾਈ, ਕੇਸਾਂ ਕਾਕਰ ਚਵਰ ਟੁਲਾਵਾਂ, ਚਰਨ ਧੂੜ
ਮੁੱਖ ਲਾਏ। ਮੈਂ ਉਹਨਾਂ ਦੀ ਸ਼ਰਨ ਵਿੱਚ ਰਹਿ ਕੇ ਆਪਣੇ ਕੇਸਾਂ ਦਾ ਚਵਰ ਬਣਾ ਕੇ ਉਹਨਾਂ ਦੀ ਸੀਸ ਤੇ ਕਰਾਂ। ਮੈਂ ਉਹਨਾਂ ਦੇ ਚਰਨਾਂ ਦੀ ਧੂੜ ਨੂੰ ਮੱਥੇ ਨਾਲ ਲਾਵਾਂ, ਕਿਉਂਕਿ ਮੈਂ ਸੁਣਿਆ ਕਿ ਜਦੋਂ ਕਮਾਈ ਵਾਲੇ ਦੇ ਚਰਨਾਂ ਦੀ ਧੂੜ ਮੱਥੇ ਤੇ ਲੱਗਦੀ ਹੈ ਤੇ ਪਾਪੀ ਤੋਂ ਪਾਪੀ ਬੰਦਾ ਵੀ ਬਖਸ਼ਿਆ ਜਾਂਦਾ ਹੈ। ਮਹਾਰਾਜ ਨੇ ਆਖਿਆ, ਗੁਰਸਿੱਖਾਂ ਕੀ ਹਰ ਧੂੜ ਦੇਹੇ ਹਮ ਪਾਪੀ ਪੀ ਗਤ ਪਾਹੇ। ਤਾਂ ਆਖਿਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੋਂ ਨਾਹੀ ਵਿਸਰਿਆ। ਇਹ ਨਾਮ ਦੀ ਕਮਾਈ ਹੈ, ਬੰਦਗੀ ਦੀ ਇਹ ਉਹਦੀ ਸ਼ਕਤੀ ਹੈ, ਪ੍ਰਤਾਪ ਹੈ ਜੀ ਭਜਨ ਦਾ। ਮਹਾਰਾਜ ਕਿਰਪਾ ਕਰਨ, ਆਓ ਸਭ ਜੁੜਿਓ ਤੁਸੀਂ, ਥੋੜਾ ਸਮਾਂ ਆਪਾਂ ਨਾਮ ਜਪਣਾ, ਕੋਈ ਰਸਨਾ ਵਾਂਝੀ ਨਾ ਰਹੇ। ਜੋ ਮਹਾਰਾਜ ਬਚਨ ਵਿੱਚ ਸਮਝਾਉਂਦੇ ਆ ਅਸੀਂ ਉਹਨੂੰ ਕੋਸ਼ਿਸ਼ ਕਰਿਆ ਕਰੀਏ ਆਪਣੀ ਜ਼ਿੰਦਗੀ ਵਿੱਚ ਅਪਣਾਉਣ ਦੀ, ਜ਼ਿੰਦਗੀ ਵਿੱਚ ਉਸ ਨੂੰ ਧਾਰਨ ਕਰਨ ਦੀ। ਸਤਿਗੁਰੂ ਜੀ ਰਹਿਮਤ ਕਰਨ, ਸਾਰੇ ਜੁੜਿਓ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ।